ਗੁਰਦਾਸ ਮਾਨ ਲਈ ਅਰਦਾਸ ਕਰਦੇ ਹੋਏ ਮੈਂ ਮੰਗ ਕੀਤੀ ਹੈ ਰੱਬ ਤੋਂ ਇਹਨਾਂ ਨੂੰ ਸਦਬੁੱਧੀ ਦੇਵੇ, ਚੰਗੇ ਸੋਚ ਦੇਵੇ। ਮੰਚ 'ਤੇ ਜਿੱਥੇ ਮਾਂ ਭੈਣ ਬੈਠੇ ਨੇ, ਲੋਕ ਬੈਠੇ ਨੇ, ਬਜ਼ੁਰਗ ਬੈਠੇ ਨੇ, ਉੱਥੇ ਗਾਲੀ ਗਲੋਚ ਕਰ ਰਹੇ ਨੇ। ਕਿੱਥੇ ਜੰਮੇ ਉਹ ਗਿਦਰਬਾ? ਗਿਦਰਬ ਦੇ ਉਸ ਵਿਹੜੇ 'ਤੇ ਜਾ ਕੇ ਲੋਕਾਂ ਨੂੰ ਪੁੱਛਾਂਗਾ ਕਿ ਗਾਲੀ ਗਲੋਚ ਕਰਨ ਦੀ ਕਿੱਥੋਂ ਦੀ ਸੱਭਿਆਚਾਰ ਹੈ। 100 ਸਾਲ ਦੇ ਬਜ਼ੁਰਗ ਦੇ ਲੇਖਕ ਦੇ ਅੱਖਾਂ ਵਿੱਚ ਹੰਝੂ ਕਿ ਉਸ ਹੰਝੂ ਨੂੰ ਸਾਫ਼ ਕਰਨ ਲਈ ਗੁਰਦਾਸ ਮਾਨ ਸਾਹਿਬ ਨੂੰ ਉਸ ਪਿੰਡ ਜਾ ਕੇ ਮਾਫ਼ੀ ਮੰਗਣਾ ਪਵੇਗਾ। ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਪੰਡਿਤ ਰਾਓ ਧਨੇਵਰ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਨਤਮਸਤਕ ਹੋਏ, ਜਿੱਥੇ ਉਹਨਾਂ ਨੇ ਗੁਰਦਾਸ ਮਾਨ ਦੀ ਸਦਬੁੱਧੀ ਦੇ ਲਈ ਅਰਦਾਸ ਕੀਤੀ। ਉਹਨਾਂ ਨੇ ਕਿਹਾ ਕਿ ਗੁਰਦਾਸ ਮਾਨ ਨੇ ਜਿਹੜੇ ਵੀ ਸ਼ਬਦ ਬੋਲੇ ਨੇ ਉਸ ਦੇ ਲਈ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਗੁਰਦਾਸ ਮਾਨ ਦੇ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋਈ ਹੈ, ਪਰ ਗੁਰਦਾਸ ਮਾਨ ਨੂੰ ਚਾਹੀਦਾ ਹੈ ਕਿ ਉਹ ਪੰਜਾਬੀਆਂ ਦੇ ਕੋਲੋਂ ਮਾਫ਼ੀ ਮੰਗਣ ਜਾਂ ਫਿਰ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਣ। ਦੂਜੇ ਪਾਸੇ ਦੱਸਣਯੋਗ ਹੈ ਕਿ ਉਹਨਾਂ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਰੋਸ ਜ਼ਾਹਰ ਕਰਨਗੇ। ਜੀ, ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਵਿੱਚ ਆ ਕੇ ਮੈਂ ਅਰਦਾਸ ਕੀਤੀ ਹੈ ਗੁਰਦਾਸ ਮਾਨ ਸਾਹਿਬ ਲਈ, ਜਿਨ੍ਹਾਂ ਨੇ ਅੱਜ ਕੱਲ੍ਹ ਬੇਤੁੱਕ ਦੀ ਗੱਲ ਕਰ ਰਹੇ ਨੇ, ਪੰਜਾਬੀ ਭਾਸ਼ਾ ਛੱਡ ਕੇ ਕਿਸੇ ਹੋਰ ਭਾਸ਼ਾ ਦੀ ਵਕਾਲਤ ਕਰ ਰਹੇ ਨੇ। ਮੰਚ 'ਤੇ ਜਿੱਥੇ ਮਾਂ ਭੈਣ ਬੈਠੇ ਨੇ, ਲੋਕ ਬੈਠੇ ਨੇ, ਬਜ਼ੁਰਗ ਬੈਠੇ ਨੇ, ਉੱਥੇ ਗਾਲੀ ਗਲੋਚ ਕਰ ਰਹੇ ਨੇ। ਉਹਨਾਂ ਲਈ ਗੁਰਦਾਸ ਮਾਨ ਲਈ ਅਰਦਾਸ ਕਰਦੇ ਹੋਏ ਮੈਂ ਮੰਗ ਕੀਤੀ ਹੈ ਰੱਬ ਤੋਂ ਇਹਨਾਂ ਨੂੰ ਸਦਬੁੱਧੀ ਦੇਵੇ, ਚੰਗੇ ਸੋਚ ਦੇਵੇ। ਮਰ ਜਾਣ ਤੱਕ ਪੰਜਾਬੀ ਭਾਸ਼ਾ ਦੇ ਬਾਰੇ ਸੋਚਿਆ ਜਾਵੇ ਅਤੇ ਮੰਚ 'ਤੇ ਗਾਲੀ ਗਲੋਚ ਨਾ ਕੀਤਾ ਜਾਵੇ ਅਤੇ ਪੰਜਾਬੀ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਮਾਫ਼ੀ ਮੰਗੇ। ਤੁਸੀਂ ਕਿਹਦੇ ਕੇ ਮੰਗ ਕੀਤੀ ਹੈ? ਤੁਸੀਂ ਮਿਲੇ ਗੁਰਦਾਸ ਮਾਨ ਨੂੰ ਪਰਸਨਲ ਮਿਲੇ ਕੋਈ ਲਿਖੇ? ਕਦੇ ਮਿਲੇ ਨਹੀਂ ਜੀ, ਹਲੇ ਤਾਂ ਉਹ ਕੈਨੇਡਾ ਦੇ ਵਿੱਚ ਨੇ, ਪਰ ਮੈਂ ਮੰਗ ਕਰਦਾ ਹੈ ਉਹ ਜਨਤਕ ਪੰਜਾਬੀ ਮਾਂ ਬੋਲੀ ਤੋਂ, ਪੰਜਾਬੀ ਸੱਭਿਆਚਾਰ ਤੋਂ, ਪੰਜਾਬੀ ਲੋਕਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗੇ। ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਗਾਲੀ ਗਲੋਚ ਨਾ ਕੀਤਾ ਜਾਵੇ। ਤੁਸੀਂ ਕਿਸੇ ਨੂੰ ਲਿਖਤੀ ਦੇ ਰਹੇ ਹੋ, ਕਿਸੇ ਨੂੰ ਮਿਲ ਰਹੇ ਹੋ? ਜੀ ਜੀ ਮਹਾਰਾਜ, ਮੈਂ ਲਿਖਿਤ ਰੂਪ ਵਿੱਚ ਸ਼ਿਕਾਇਤ ਦਰਜ ਕੀਤੀ ਹੈ ਜਸਵੰਤ ਸਿੰਘ ਕੰਵਲ ਸਾਹਿਬ, ਜੋ 100 ਸਾਲ ਦੀ ਇੱਕ ਬਜ਼ੁਰਗ ਲੇਖਕ ਨੇ, ਜਗਰਾਓਂ ਦੇ ਨੇੜੇ ਉੜ ਕੇ ਪਿੰਡ ਦੇ ਵਿੱਚ ਲਿਖਿਤ ਰੂਪ ਵਿੱਚ ਸ਼ਿਕਾਇਤ ਦਰਜ ਹੈ ਕਿ ਇਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ ਗੁਰਦਾਸ ਮਾਨ ਸਾਹਿਬ ਨੂੰ ਕਿਉਂ ਅੱਜ ਕੱਲ੍ਹ ਬੇਤੁਕ ਦੀ ਗੱਲ ਕਰ ਰਹੇ ਨੇ। ਜਦ ਮੈਂ ਉਹਨਾਂ ਨੂੰ ਕਿਹਾ 100 ਸਾਲ ਦੀ ਜਸਵੰਤ ਸਿੰਘ ਕੰਵਲ ਸਾਹਿਬ ਨੂੰ, ਉਹਨਾਂ ਦੇ ਅੱਖਾਂ ਵਿੱਚ ਹੰਝੂ ਆ ਗਈ, 100 ਸਾਲ ਦੇ ਬਜ਼ੁਰਗ ਦੇ ਲੇਖਕ ਦੇ ਅੱਖਾਂ ਵਿੱਚ ਹੰਝੂ, ਇਸ ਹੰਝੂ ਨੂੰ ਸਾਫ਼ ਕਰਨ ਲਈ ਗੁਰਦਾਸ ਮਾਨ ਸਾਹਿਬ ਨੂੰ ਉਸ ਪਿੰਡ ਜਾ ਕੇ ਮਾਫ਼ੀ ਮੰਗਣਾ ਪਵੇਗਾ। ਜੇ ਨਾ ਇਹ ਮਾਫ਼ੀ ਨਹੀਂ ਮੰਗਦੇ, ਇਸ ਪਵਿੱਤਰ ਧਰਤੀ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਆ ਕੇ ਆਹ ਮਾਫ਼ੀ ਮੰਗਣਾ ਪਵੇਗਾ ਇਹਨਾਂ ਨੂੰ। ਜੀ ਜੀ, ਮੈਂ ਇਸ ਤੋਂ ਬਾਅਦ ਜੇ ਮਾਫ਼ੀ ਨਹੀਂ ਮੰਗਦੇ, ਮੈਂ ਇੱਥੇ ਦੀ ਜੰਪਲ ਹੈ ਨਾ, ਉਹ ਕਿੱਥੇ ਜੰਮੇ ਉਹ ਗਿਦਰਬਾ, ਗਿਦਰਬ ਦੇ ਉਸ ਵਿਹੜੇ 'ਤੇ ਜਾ ਕੇ ਲੋਕਾਂ ਨੂੰ ਪੁੱਛਾਂਗਾ ਕਿ ਗਾਲੀ ਗਲੋਚ ਕਰਨ ਦੀ ਕਿੱਥੋਂ ਦੀ ਸੱਭਿਆਚਾਰ ਹੈ। ਇਹ ਪਵਿੱਤਰ ਧਰਤੀ ਹੈ, ਬਾਬਾ ਨਾਨਕ ਦੀ ਧਰਤੀ ਹੈ, ਸ਼ਾਂਤੀ ਅਮਨ ਨਾਲ ਰਹਿਣ ਦਾ ਪਵਿੱਤਰ ਧਰਤੀ ਹੈ। ਇੱਥੇ ਗਾਲੀ ਗਲੋਚ ਧਮਕੀ ਵਾਲਾ ਗੱਲ ਨਹੀਂ ਚੱਲੇਗੀ। ਜੇ ਉਹ ਮਾਫ਼ੀ ਮੰਗਣਾ ਪਵੇਗਾ, ਮਾਫ਼ੀ ਮੰਗਣਗੇ। ਅਗਰ ਨਹੀਂ, ਮੈਂ ਤੁਸੀਂ ਪਿੰਡ ਜਾਓਗੇ? ਗੁਰਦਾਸ ਮਾਨ ਦੇ ਪਿੰਡ ਜਾਓ? ਮੈਂ ਚਲਾ ਜਾਣਾ ਜੀ ਜ਼ਰੂਰ, ਜੇ ਮਾਫ਼ੀ ਨਹੀਂ ਮੰਗਦੇ। ਕਿੱਥੇ ਜਾਓਗੇ? ਗਿਦਰਬਾ, ਜਿੱਥੇ ਉਹ ਜੰਮਿਆ ਹੈ ਉੱਥੇ ਪਹੁੰਚ ਜਾਣਾ ਮੈਂ। ਪਟਿਆਲਾ ਤੋਂ ਮਨੋਜ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ, ਬਿਊਰੋ ਰਿਪੋਰਟ, ਦਾ ਟੀਵੀ NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ ਟੀਵੀ NRI ਦੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।